ਸਤਿ ਸ਼੍ਰੀ ਅਕਾਲ ਜੀ, ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਮੀਨੂ ਤ੍ਰਿਪਾਠੀ ਜੀ ਦੀ ਲਿਖੀ ਵੱਖਰੀ ਜਿਹੀ ਕਹਾਣੀ ਦੇ ਨਾਲ। ਆਸ ਕਰਦੀ ਹਾਂ ਤੁਹਾਨੂੰ ਇਹ ਪਸੰਦ ਜ਼ਰੂਰ ਆਵੇਗੀ। ਲਾਈਕ ਕਰਕੇ ਜ਼ਰੂਰ ਦੱਸਿਓ, ਜ਼ਿਆਦਾ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ, ਅਤੇ ਇਹ ਵੀ ਦੱਸਿਓ ਕਿ ਤੁਸੀਂ ਕਿੱਥੋਂ ਇਸ ਕਹਾਣੀ ਨੂੰ ਸੁਣ ਰਹੇ ਹੋ। ਤਾਂ ਸ਼ੁਰੂ ਕਰਦੇ ਹਾਂ। ਪਾਪਾ ਦੇਖੋ ਤਾਂ ਸਹੀ ਕਿਸ ਦਾ ਫੋਨ ਹੈ? ਨੈਣਾ ਦੀ ਆਵਾਜ਼ 'ਤੇ ਸ਼ਰਦ ਨੇ ਨੇੜੇ ਹੀ ਵੱਜ ਰਹੇ ਫੋਨ ਦਾ ਰਿਸੀਵਰ ਚੁੱਕ ਲਿਆ। ਹੈਲੋ, ਕਹਿੰਦੇ ਹੀ ਪਹਿਚਾਣੀ ਜਿਹੀ ਆਵਾਜ਼ ਆਈ। ਅੰਕਲ ਨਮਸਤੇ, ਨਾਰਾਇਣ ਬੋਲ ਰਿਹਾ ਹਾਂ। ਸ਼ਰਦ ਆਪਣੇ ਮਥੁਰਾ ਵਾਲੇ ਘਰ ਦੇ ਕਿਰਾਏਦਾਰ ਨਾਰਾਇਣ ਦੀ ਆਵਾਜ਼ ਪਹਿਚਾਣ ਗਿਆ। ਕੁਝ ਕਹਿੰਦੇ, ਉਸ ਤੋਂ ਪਹਿਲਾਂ ਹੀ ਨਾਰਾਇਣ ਇੱਕੇ ਸਾਹ ਬੋਲਦਾ ਹੀ ਗਿਆ, ਅੰਕਲ ਮੈਂ ਮਕਾਨ ਦੇ ਹੇਠਾਂ ਵਾਲੇ ਕਮਰੇ ਦੀ ਸਫਾਈ ਕਰਵਾ ਦਿੱਤੀ ਹੈ, ਹੁਣ ਤੁਸੀਂ ਜਦੋਂ ਵੀ ਆਓ ਪਰੇਸ਼ਾਨੀ ਨਹੀਂ ਹੋਵੇਗੀ। 2-3 ਦਿਨਾਂ ਵਿੱਚ ਲਾਣ ਦੀ ਘਾਹ ਵੀ ਕੱਟੀ ਜਾਵੇਗੀ, ਬਹੁਤ ਵੱਡੀ ਹੋ ਗਈ ਸੀ। ਹਾਂ, ਬਰਸਾਤ ਵਿੱਚ ਪਿੱਛੇ ਵਾਲੀ ਨਾਲੀ ਬਲੌਕ ਹੋ ਗਈ ਸੀ, ਸੋ ਪਿੱਛੇ ਵਾਲੇ ਕਮਰੇ ਵਿੱਚ ਪਾਣੀ ਅੰਦਰ ਚਲਾ ਗਿਆ ਸੀ। ਇੱਕ ਵੱਡਾ ਬਕਸਾ ਰੱਖਿਆ, ਉਸ ਵਿੱਚ ਸ਼ਾਇਦ ਆਂਟੀ ਬਿਸਤਰੇ ਰਜਾਈਆਂ ਰੱਖਦੇ ਸੀ। ਉਹ ਬਕਸਾ ਹੇਠਾਂ ਵਾਲੀ ਸਾਈਡ ਤੋਂ ਭਿੱਜਿਆ ਹੋਇਆ ਲੱਗਦਾ, ਸ਼ਾਇਦ ਪਾਣੀ ਪੈ ਗਿਆ ਹੋਵੇ, ਹੁਣ ਤੁਸੀਂ ਆ ਕੇ ਦੇਖ ਲੈਣਾ। ਇੰਨੇ ਦਿਨਾਂ ਬਾਅਦ ਤੁਸੀਂ ਘਰ ਆਓਗੇ, ਬਹੁਤ ਚੰਗਾ ਲੱਗੇਗਾ। ਕੌਣ? ਮੈਂ? ਹਕਲਾਉਂਦੇ ਹੋਏ ਸ਼ਰਦ ਜੀ ਦੇ ਮੂੰਹੋਂ ਇੰਨਾ ਹੀ ਨਿਕਲਿਆ। ਕੁਝ ਸਮਝਦੇ, ਉਸ ਤੋਂ ਪਹਿਲਾਂ ਹੀ ਨੈਣਾ ਨੇ ਫੋਨ ਦਾ ਰਿਸੀਵਰ ਉਹਨਾਂ ਦੇ ਹੱਥੋਂ ਲੈ ਲਿਆ। ਸ਼ਰਦ ਜੀ ਆਰਾਮ ਨਾਲ ਗੱਲ ਕਰਦੀ ਹੋਈ ਨੈਣਾ ਨੂੰ ਦੇਖਦੇ ਰਹੇ। ਉਹ ਹੌਲੀ ਹੌਲੀ ਸ਼ਬਦਾਂ ਵਿੱਚ ਕੁਝ ਬੋਲ ਰਹੀ ਸੀ, ਪਰ ਕੁਝ ਕੁ ਸ਼ਬਦ ਕੰਨਾਂ ਵਿੱਚ ਪਏ। ਹੁਣ ਤੂੰ ਫੋਨ ਮੇਰੇ ਮੋਬਾਈਲ 'ਤੇ ਕਰੀ, ਉੱਥੋਂ ਦਾ ਇੰਤਜ਼ਾਮ ਵਧੀਆ ਕਰਨਾ, ਪਾਪਾ ਆ ਰਹੇ ਹਨ, ਕੋਈ ਦਿੱਕਤ ਨਹੀਂ ਹੋਣੀ ਚਾਹੀਦੀ। ਸ਼ਰਦ ਜੀ ਨੂੰ ਜਿਵੇਂ ਸੱਪ ਸੌਂ ਗਿਆ, ਉਹਨਾਂ ਦੇ ਘਰ ਦੀ ਸਾਫ਼ ਸਫਾਈ ਹੋ ਰਹੀ ਹੈ, ਯਾਨੀ ਉਹਨਾਂ ਦਾ ਦਾਣਾ ਪਾਣੀ ਇੱਥੋਂ ਖਤਮ ਹੋ ਗਿਆ ਹੈ। 10 ਮਹੀਨੇ ਪਹਿਲਾਂ ਉਹ ਪਤਨੀ ਸ਼ਿਖਾ ਦੇ ਦੇਹਾਂਤ ਤੋਂ ਬਾਅਦ ਉਸ ਸੁੰਨੇ ਘਰ ਨੂੰ ਕਿਰਾਏਦਾਰ ਨਾਰਾਇਣ ਦੇ ਭਰੋਸੇ ਛੱਡ ਕੇ ਆਪਣੇ ਬੇਟੇ ਦੇ ਕੋਲ ਇੱਥੇ ਆਗਰਾ ਆ ਵਸੇ, ਪਰ ਰਚ ਨਹੀਂ ਸੀ ਸਕੇ। 10 ਮਹੀਨੇ ਬਾਅਦ ਵੀ ਪਤਨੀ ਦੇ ਵਿਯੋਗ ਤੋਂ ਬਾਹਰ ਆ ਕੇ ਇੱਕ ਨਵੀਂ ਜਗ੍ਹਾ 'ਤੇ ਸੈੱਟ ਹੋਣਾ ਉਹਨਾਂ ਦੇ ਲਈ ਮੁਸ਼ਕਿਲ ਸਾਬਤ ਹੋ ਰਿਹਾ ਸੀ, ਪਰ ਇੱਥੇ ਰਹਿਣਾ ਇੰਨਾ ਵੀ ਮੁਸ਼ਕਿਲ ਨਹੀਂ ਸੀ ਕਿ ਉਹ ਪੁਰਾਣੇ ਘਰ ਵਿੱਚ ਜਾਣ ਦੀ ਗੱਲ ਸੋਚਣ, ਜਿਸ ਵਿੱਚ ਸ਼ਿਖਾ ਦੀਆਂ ਯਾਦਾਂ ਦੇ ਨਾਲ ਇਕੱਲੇਪਨ ਦੀ ਚੀਜ਼ ਅਤੇ ਵੀਰਾਨਗੀ ਸੀ। ਪਰ ਉਹਨਾਂ ਦੀ ਯਾਤਰਾ ਦਾ ਬਾਕਾਇਦਾ ਇੰਤਜ਼ਾਮ ਕਰਵਾਇਆ ਜਾ ਰਿਹਾ ਹੈ, ਉਹਨਾਂ ਨੂੰ ਖਬਰ ਤੱਕ ਨਹੀਂ ਹੈ। ਇਹ ਜਾਣ ਕੇ ਉਹ ਬੇਚੈਨ ਜਿਹੇ ਹੋ ਗਏ ਸੀ। ਨੈਣਾ ਨੇ ਰਿਸੀਵਰ ਰੱਖ ਦਿੱਤਾ ਤਾਂ ਸ਼ਰਦ ਜੀ ਨੇ ਪ੍ਰਸ਼ਨਵਾਚਕ ਨਜ਼ਰਾਂ ਉਸ 'ਤੇ ਟਿਕਾ ਦਿੱਤੀਆਂ, ਪਰ ਉਹ ਬਿਨਾਂ ਕੁਝ ਕਹੇ ਉੱਥੋਂ ਚਲੀ ਗਈ। ਸ਼ਰਦ ਜੀ ਸੋਚ ਵਿੱਚ ਡੁੱਬ ਗਏ ਕਿ ਹੁਣ ਉਹਨਾਂ ਨੂੰ ਪੁਰਾਣੇ ਘਰ ਵਿੱਚ ਰਹਿਣਾ ਹੋਵੇਗਾ, ਕਿਵੇਂ ਰਹਿ ਸਕਣਗੇ ਉਹ ਇਕੱਲੇ, ਕਿਵੇਂ ਲੱਗੇਗਾ ਬਿਨਾਂ ਪਤਨੀ ਦੇ ਉਸ ਘਰ ਵਿੱਚ ਜ਼ਿੰਦਗੀ ਗੁਜ਼ਾਰਨਾ। ਇੱਥੇ ਘੱਟ ਤੋਂ ਘੱਟ ਨੂੰਹ ਪੁੱਤ ਦੇ ਹੁੰਦੇ ਹੋਏ ਹਰ ਪ੍ਰਕਾਰ ਦੀ ਚਿੰਤਾ ਤੋਂ ਤਾਂ ਮੁਕਤ ਸੀ, ਪਰ ਉਹਨਾਂ ਨੇ ਇਸ ਨੂੰ ਆਪਣਾ ਘਰ ਮੰਨਿਆ ਹੀ ਕਦੋਂ ਸੀ? ਇਸ ਲਈ ਸ਼ਾਇਦ ਪੁੱਤਰ ਨੇ ਉਹਨਾਂ ਨੂੰ ਘਰ ਭੇਜਣ ਦਾ ਇੰਤਜ਼ਾਮ ਕਰ ਦਿੱਤਾ ਹੈ। ਮੁਖਰਜੀ ਸਾਹਿਬ ਦਾ ਕਿਹਾ ਸੱਚ ਹੋ ਗਿਆ, ਜੇਕਰ ਅਸੀਂ ਬੱਚਿਆਂ ਤੋਂ ਦੂਰੀ ਬਣਾ ਕੇ ਰੱਖੀਏ, ਖੁਦ ਮਹਿਮਾਨਾਂ ਵਰਗਾ ਵਿਹਾਰ ਕਰੀਏ ਅਤੇ ਬੱਚਿਆਂ ਤੋਂ ਉਮੀਦਾਂ ਕਰੀਏ ਕਿ ਉਹ ਸਾਨੂੰ ਘਰ ਦਾ ਮੈਂਬਰ ਮੰਨਣ, ਇਹ ਕਿਵੇਂ ਸੰਭਵ ਹੈ? ਆਪਣੀ ਪਤਨੀ ਦੇ ਜਾਣ ਤੋਂ ਬਾਅਦ ਮੈਂ ਬੇਟੇ ਦੇ ਕੋਲ ਇੱਕ ਮਜਬੂਰੀ ਸਮਝ ਕੇ ਰਹਿੰਦਾ ਤਾਂ ਜਿਉਣਾ ਮੁਸ਼ਕਲ ਹੋ ਜਾਂਦਾ, ਮੇਰਾ ਵੀ ਅਤੇ ਇਹਨਾਂ ਬੱਚਿਆਂ ਦਾ ਵੀ। ਜਦੋਂ ਰਹਿਣਾ ਹੀ ਆ ਤਾਂ ਮਨ ਤੋਂ ਜੁੜ ਕੇ ਰਹੋ। ਮੁਖਰਜੀ ਸਾਹਿਬ ਦੇ ਕਹੇ ਫਲਸਫੇ ਨੂੰ ਉਹ ਵੀ ਸਹੀ ਸਮੇਂ 'ਤੇ ਜੀਵਨ ਵਿੱਚ ਉਤਾਰ ਲੈਂਦੇ ਤਾਂ ਸ਼ਾਇਦ ਇਸ ਉਮਰ ਵਿੱਚ ਇਕੱਲੇ ਰਹਿਣ ਦਾ ਦੁੱਖ ਨਾ ਸਹਿਣਾ ਪੈਂਦਾ। ਪਰ ਉਹ ਤਾਂ ਪਤਨੀ ਦੇ ਵਿਯੋਗ ਵਿੱਚ ਅਜਿਹੇ ਡੁੱਬੇ ਕਿ ਆਪਣੇ ਹੀ ਬੱਚਿਆਂ ਦਾ ਸੁੱਖ
ਪਰਾਇਆ ਦਿਖਣ ਲੱਗਾ ਸੀ। ਉਹਨਾਂ ਦਾ ਦੁੱਖ ਸਿਰਫ ਇੰਨਾ ਸੀ ਕਿ ਇਸ ਨੂੰ ਹੀ ਸੱਚ ਮੰਨਦੇ ਆਏ ਸਨ। ਆਪਣੀ ਪਤਨੀ ਦੀ ਮੌਤ ਤੋਂ 10 ਮਹੀਨਿਆਂ ਬਾਅਦ ਵੀ ਨੂੰਹ ਪੁੱਤ ਨੂੰ ਦੇਖ ਕੇ ਸਹਿਜ ਪਲਾਂ ਨੂੰ ਜਿਉਂਦੇ ਦੇਖ ਉਹ ਅਸਹਿਜ ਹੋ ਜਾਂਦੇ। ਸ਼ਿਖਾ ਦੇ ਜਾਣ ਦਾ ਅਸਰ ਸਿਰਫ ਉਹਨਾਂ 'ਤੇ ਪਿਆ ਹੈ। ਉਹਨਾਂ ਦੇ ਮਨ ਵਿੱਚ ਇਹ ਗੱਲ ਘਰ ਘਰ ਗਈ ਸੀ। ਪਤਨੀ ਦੀ ਮੌਤ ਤੋਂ 6 ਮਹੀਨਿਆਂ ਬਾਅਦ 3 ਸਾਲ ਦੇ ਪੋਤੇ ਦਾ ਜਨਮਦਿਨ ਆਇਆ। ਨੂੰਹ ਪੁੱਤ ਦੋਨੋਂ ਉਮੀਦਾਂ ਲਾ ਕੇ ਬੈਠੇ ਸੀ ਕਿ ਪਾਪਾ ਬਰਥਡੇ ਲਈ ਕੋਈ ਪਹਿਲ ਕਰਨ, ਪਰ ਉਹ ਚੁੱਪ ਚਾਪ ਬੈਠੇ ਰਹੇ। ਸ਼ਾਮ ਤੱਕ ਉਹਨਾਂ ਵੱਲੋਂ ਕੋਈ ਪਹਿਲ ਨਾ ਹੁੰਦੀ ਦੇਖ ਨੂੰਹ ਨੇ ਬਾਹਰ ਡਿਨਰ ਦਾ ਪ੍ਰੋਗਰਾਮ ਬਣਾ ਲਿਆ। ਸ਼ਰਦ ਜੀ ਨੂੰ ਵੀ ਚੱਲਣ ਲਈ ਕਿਹਾ ਗਿਆ ਤਾਂ ਬਹੁਤ ਹੀ ਮੁਸ਼ਕਲ ਨਾਲ ਜਾਣ ਲਈ ਤਿਆਰ ਹੋਏ, ਪਰ ਉੱਥੇ ਮੌਨ ਧਾਰ ਕੇ ਬੈਠੇ ਰਹੇ। ਅਜਿਹੇ ਮਾਹੌਲ ਵਿੱਚ ਨੈਣਾ ਅਤੇ ਸਹੁਰਿਆਂ ਦੇ ਚਿਹਰੇ 'ਤੇ ਸ਼ਰਮਿੰਦਗੀ ਦੇ ਭਾਵ ਆ ਗਏ ਸਨ। ਸ਼ਰਦ ਜੀ ਨੂੰ ਯਾਦ ਆਇਆ ਕਿ ਲਗਭਗ ਉਸ ਦਿਨ ਤੋਂ ਬਾਅਦ ਤੋਂ ਹੀ ਉਹਨਾਂ ਨੇ ਨੈਣਾ ਦੇ ਸੁਭਾਅ ਵਿੱਚ ਬਦਲਾਵ ਮਹਿਸੂਸ ਕੀਤਾ। ਹੁਣ ਨੈਣਾ ਉਹਨਾਂ ਨੂੰ ਛੋਟੇ ਛੋਟੇ ਕੰਮ ਦੱਸਣ ਲੱਗੀ ਸੀ, ਜਿਵੇਂ ਦੁੱਧ ਲਿਆਉਣਾ, ਗਮਲਿਆਂ ਵਿੱਚ ਪਾਣੀ ਦੇਣਾ, ਸਨੀ ਨੂੰ ਸਕੂਲ ਬੱਸ ਤੱਕ ਛੱਡ ਕੇ ਆਉਣ ਲਈ ਕਹਿਣਾ। ਸ਼ੌਰਿਆ ਉਸਨੂੰ ਟੋਕਦਾ ਤਾਂ ਉਹ ਕਹਿੰਦੀ, ਪਾਪਾ ਕਦੋਂ ਤੱਕ ਆਪਣੇ ਕਮਰੇ ਵਿੱਚ ਇਸ ਤਰ੍ਹਾਂ ਬੈਠੇ ਰਹਿਣਗੇ, ਕੁਝ ਕਰਨਗੇ ਤਾਂ ਮਨ ਲੱਗੂ। ਸ਼ਰਦ ਜੀ ਨੂੰ ਨੈਣਾ ਦੀਆਂ ਇਹ ਗੱਲਾਂ ਗਵਾਰਾ ਨਹੀਂ ਸਨ। ਕਾਸ਼ ਉਹ ਪਹਿਲਾਂ ਹੀ ਖੁਦ ਨੂੰ ਥੋੜ੍ਹਾ ਬਦਲਦੇ ਤਾਂ ਅੱਜ ਇਹ ਨੌਬਤ ਨਾ ਆਉਂਦੀ। ਅੱਜ ਉਹਨਾਂ ਨੇ ਆਪਣੇ ਗੁਆਂਢੀ ਮੁਖਰਜੀ ਸਾਹਿਬ ਦੇ ਘਰ ਵੱਲ ਵੇਖਿਆ ਤਾਂ ਉਹ ਪੁਰਾਣਾ ਦ੍ਰਿਸ਼ ਯਾਦ ਆ ਰਿਹਾ ਸੀ, ਜਿੱਥੇ ਸਵੇਰੇ ਸਵੇਰੇ ਦੀ ਭੱਜ ਦੌੜ ਬਿਲਕੁਲ ਉਹਨਾਂ ਦੇ ਘਰ ਵਾਂਗ ਸੀ। ਉਹਨਾਂ ਦੇ ਨੂੰਹ ਪੁੱਤ ਵੀ ਨੈਣਾ ਦੇ ਵਾਂਗ ਸਵੇਰੇ ਹੀ ਬਿਜ਼ੀ ਹੋ ਜਾਂਦੇ ਸੀ। ਉਸ ਦਿਨ ਅਖ਼ਬਾਰ ਦੀ ਅਦਲਾ ਬਦਲੀ ਹੋਣ ਦੇ ਕਾਰਨ ਸ਼ਰਦ ਜੀ ਮੁਖਰਜੀ ਸਾਹਿਬ ਦੇ ਘਰ ਗਏ ਤਾਂ ਉਹਨਾਂ ਨੇ ਚਾਹ ਪੀਣ ਦੇ ਲਈ ਉਹਨਾਂ ਨੂੰ ਬਿਠਾ ਲਿਆ। ਮੁਖਰਜੀ ਸਾਹਿਬ ਖੁਦ ਚਾਹ ਬਣਾਉਣ ਲੱਗੇ। ਹੈਰਾਨੀ ਨਾਲ ਤੱਕਦੇ ਸ਼ਰਦ ਜੀ ਨੂੰ ਉਹਨਾਂ ਨੇ ਦੱਸਿਆ ਕਿ ਉਹ ਸਵੇਰੇ ਸਵੇਰੇ ਘਰ ਦੇ ਕੰਮਾਂ ਵਿੱਚ ਬਿਜ਼ੀ ਨੂੰਹ ਦੇ ਰਹਿੰਦੇ ਕੰਮਾਂ ਨੂੰ ਹੋਰ ਨਹੀਂ ਵਧਾਉਂਦੇ। ਹੋਰ ਤਾਂ ਹੋਰ, ਉਸ ਦਿਨ ਦਫ਼ਤਰ ਜਾਂਦੇ ਆਪਣੇ ਪੁੱਤਰ ਤੋਂ ਆਪਣੇ ਟੁੱਟੇ ਹੋਏ ਚਸ਼ਮੇ ਨੂੰ ਬਣਵਾਉਣ ਲਈ ਕਿਹਾ ਤਾਂ ਉਹਨਾਂ ਦੇ ਪੁੱਤਰ ਦਾ ਜਵਾਬ ਸੁਣ ਕੇ ਵੀ ਸ਼ਰਦ ਜੀ ਨੂੰ ਹੈਰਾਨੀ ਹੋਈ ਸੀ। ਪਾਪਾ, ਅੱਜ ਤਾਂ ਆਡਿਟ ਹੈ, ਬਿਲਕੁਲ ਸਮਾਂ ਨਹੀਂ ਹੈ, ਅੱਜ ਨਹੀਂ ਕਰਵਾ ਸਕਦਾ। ਆਪਣੇ ਪੁੱਤਰ ਦੇ ਇਨਕਾਰ 'ਤੇ ਮੁਖਰਜੀ ਸਾਹਿਬ ਬਿਨਾਂ ਸ਼ਿਕਵੇ ਤੋਂ ਕੁਝ ਚਿੰਤਾ ਵਿੱਚ ਕਹਿਣ ਲੱਗੇ, ਬਈ ਫਿਰ ਬਿਜਲੀ ਦਾ ਬਿੱਲ ਕਿਵੇਂ ਜਮ੍ਹਾਂ ਹੋਵੇਗਾ? ਉਸ ਦੀ ਤਾਂ ਅੱਜ ਆਖਰੀ ਤਰੀਕ ਹੈ, ਅੱਜ ਮੈਂ ਹੀ ਜਾਂਦਾ ਜਮ੍ਹਾਂ ਕਰਵਾ ਆਉਂਦਾ ਹਾਂ। ਇਸ ਗੱਲ 'ਤੇ ਉਹਨਾਂ ਦੀ ਨੂੰਹ ਕਹਿਣ ਲੱਗੀ, ਨਾ ਨਾ ਪਾਪਾ, ਤੁਸੀਂ ਕਿੱਥੇ ਜਾਓਗੇ? ਮੌਸਮ ਦਾ ਵੀ ਕੋਈ ਭਰੋਸਾ ਨਹੀਂ ਕਦੋਂ ਬਰਸਾਤ ਹੋ ਜਾਵੇ। ਮੈਂ ਕਿਸੇ ਨਾਲ ਗੱਲ ਕਰਦੀ ਹਾਂ, ਬਿੱਲ ਜਮ੍ਹਾਂ ਹੋ ਜਾਵੇਗਾ। ਅਤੇ ਹਾਂ, ਅੱਜ ਮਾਰਕੀਟ ਜਾਵਾਂਗੀ, ਉਦੋਂ ਤੁਹਾਡਾ ਚਸ਼ਮਾ ਵੀ ਠੀਕ ਕਰਵਾ ਲਿਆਵਾਂਗੀ। ਪਰਿਵਾਰ ਦੇ ਇਸ ਆਪਸੀ ਵਾਰਤਾਲਾਪ ਕਰਕੇ ਸ਼ੱਕ ਦੀਆਂ ਦੀਵਾਰਾਂ ਖੁਦ ਹੀ ਢਹਿ ਗਈਆਂ ਸੀ। ਉਸ ਘਰ ਦਾ ਹਰ ਮੈਂਬਰ ਸਹਿਜ ਸੀ, ਨਾ ਕੋਈ ਸ਼ਿਕਾਇਤ ਸੀ, ਨਾ ਕੋਈ ਮਨ ਮੁਟਾਵ, ਆਪਸੀ ਸੰਵਾਦ ਕਾਇਮ ਸੀ। ਕਿਤੇ ਕੋਈ ਮੌਨ ਸ਼ੰਕਾ ਅਸ਼ੰਕਾ ਦੁਬਾਰਾ ਖੜੀਆਂ ਨਹੀਂ ਸੀ ਕਰ ਰਹੀ। ਸ਼ਰਦ ਜੀ ਮਨ ਹੀ ਮਨ ਸੋਚ ਵਿਚਾਰ ਕਰ ਰਹੇ ਸੀ ਕਿ ਜੇਕਰ ਸ਼ੌਰਿਆ ਉਹਨਾਂ ਦੇ ਕਿਸੇ ਕੰਮ ਤੋਂ ਮਨਾ ਕਰਦਾ ਤਾਂ ਕੀ ਹੁੰਦਾ? ਕਿ ਉਹ ਮਨ ਹੀ ਮਨ ਨਿਰਾਸ਼ ਹੋ ਕੇ ਚੁੱਪ ਧਾਰ ਕਰ ਲੈਂਦੇ, ਜਾਂ ਫਿਰ ਆਪਣੀ ਲਾਚਾਰੀ 'ਤੇ ਖਿੱਚਦੇ ਰਹਿੰਦੇ? ਮੁਖਰਜੀ ਸਾਹਿਬ ਦੇ ਵਿਹਾਰ ਤੋਂ ਉਹਨਾਂ ਨੇ ਸਿੱਖਿਆ ਤਾਂ ਲਈ, ਪਰ ਉਸ ਸਿੱਖਿਆ ਨੂੰ ਜੀਵਨ ਵਿੱਚ ਅਪਣਾਉਣ ਵਿੱਚ ਦੇਰ ਕਰ ਦਿੱਤੀ। ਤਾਂ ਹੀ ਤਾਂ ਉਹਨਾਂ ਨੂੰ ਮਥੁਰਾ ਵਾਪਸ ਭੇਜਣ ਦੀ ਤਿਆਰੀ ਹੋ ਰਹੀ ਹੈ। ਆਦਤ ਦੇ ਅਨੁਸਾਰ ਸ਼ਰਦ ਜੀ ਅੱਜ ਵੀ ਚੁੱਪ ਧਾਰ ਕਰੀ ਬੈਠੇ ਸੀ। ਇੱਕ ਹਫ਼ਤੇ ਬਾਅਦ ਸ਼ੌਰਿਆ ਅਤੇ ਨੈਣਾ ਨੂੰ ਕੁਝ ਤਿਆਰੀ ਵਿੱਚ ਬਿਜ਼ੀ ਦੇਖ ਉਹ ਜਾਣ ਗਏ ਸੀ ਕਿ ਉਹਨਾਂ ਦੀ ਵਿਦਾਈ ਦਾ ਸਮਾਂ ਆ ਗਿਆ ਹੈ। ਨੂੰਹ ਪੁੱਤ ਉਹਨਾਂ ਨੂੰ ਭੇਜਣ ਤੋਂ ਪਹਿਲਾਂ ਦੱਸਣਾ ਵੀ ਜ਼ਰੂਰੀ ਨਹੀਂ ਸਮਝਦੇ।
ਇਸ ਚੀਜ਼ ਲਈ ਉਹ ਸਾਰਿਆਂ ਨਾਲ ਗੱਲ ਕਰਨ ਲਈ ਉਸਦੇ ਕਮਰੇ ਤੱਕ ਪਹੁੰਚੇ, ਪਰ ਨੂੰਹ ਦੀ ਆਵਾਜ਼ ਸੁਣ ਕੇ ਕਦਮ ਰੁਕ ਗਏ। ਪਾਪਾ ਦੀ ਉਦਾਸੀ ਘਰ ਵਿੱਚ ਕਿਵੇਂ ਨਿਰਾਸ਼ਾ ਭਰ ਦਿੰਦੀ ਹੈ ਨਾ। ਜਵਾਬ ਵਿੱਚ ਪੁੱਤਰ ਨੇ ਕਿਹਾ, ਮੰਮੀ ਦਾ ਚਲੇ ਜਾਣਾ ਤੇ ਫਿਰ ਪਾਪਾ ਦਾ ਮਥੁਰਾ ਤੋਂ ਆਗਰਾ ਆਉਣਾ। ਜੀਵਨ ਵਿੱਚ ਅਚਾਨਕ ਹੋਏ ਇਹਨਾਂ ਪਰਿਵਰਤਨਾਂ ਨੂੰ ਪਾਪਾ ਹਜੇ ਤੱਕ ਸਵੀਕਾਰ ਨਹੀਂ ਕਰ ਸਕੇ ਹਨ। ਸੋਚ ਰਿਹਾ ਹਾਂ ਮਥੁਰਾ ਜਾਣ ਵਾਲੀ ਗੱਲ ਪਾਪਾ ਨੂੰ ਦੱਸ ਦੇਵਾਂ। ਨਾ ਨਾ, ਕੋਈ ਜ਼ਰੂਰਤ ਨਹੀਂ ਹੈ। ਵੈਸੇ ਲੱਗਦਾ ਉਹਨਾਂ ਨੂੰ ਕੁਝ ਕੁਝ ਅੰਦਾਜ਼ਾ ਹੈ। ਉਸ ਦਿਨ ਨਾਰਾਇਣ ਦਾ ਫੋਨ ਉਹਨਾਂ ਨੇ ਚੱਕਿਆ ਸੀ। ਨੂੰਹ ਪੁੱਤਰ ਦੇ ਆਪਸੀ ਵਾਰਤਾਲਾਪ ਨੂੰ ਸੁਣ ਉਹ ਬਿਨਾਂ ਕੁਝ ਕਹੇ ਵਾਪਸ ਆ ਗਏ। ਮਨ ਵਿੱਚ ਸ਼ੰਕਾਵਾਂ ਲਈ ਉਹ ਆਉਣ ਵਾਲੀਆਂ ਸੰਭਾਵਨਾਵਾਂ ਵਿੱਚ ਡੁੱਬ ਗਏ। ਦੁੱਖ ਦਾ ਸੈਲਾਬ ਮਨ ਨੂੰ ਡੁਬੋਣ ਲੱਗਾ। ਦੇਰ ਰਾਤ ਤੱਕ ਉਹ ਆਪਣੀ ਮ੍ਰਿਤਕ ਪਤਨੀ ਨਾਲ ਗੱਲਾਂ ਕਰਦੇ ਰਹੇ। ਅਜਿਹਾ ਲੱਗਿਆ ਜਿਵੇਂ ਪਤਨੀ ਸ਼ਿਖਾ ਤਸਵੀਰ ਵਿੱਚੋਂ ਨਿਕਲ ਕੇ ਸਾਹਮਣੇ ਆ ਖੜੀ ਹੋਵੇ। ਸ਼ਰਦ ਜੀ ਹੌਂਕਾ ਲੈ ਕੇ ਕਹਿਣ ਲੱਗੇ, ਤੂੰ ਕਿਉਂ ਚਲੀ ਗਈ? ਵੈਸੇ ਤਾਂ 2 ਦਿਨ ਲਈ ਵੀ ਕਿਤੇ ਜਾਣਾ ਹੁੰਦਾ ਤਾਂ ਤੂੰ 10 ਇੰਤਜ਼ਾਮ ਕਰਕੇ ਜਾਂਦੀ ਸੀ। ਹਮੇਸ਼ਾ ਦੇ ਲਈ ਜਾਂਦੇ ਸਮੇਂ ਮੇਰਾ ਖਿਆਲ ਨਹੀਂ ਆਇਆ। ਇਸ ਤਰ੍ਹਾਂ ਲੱਗਿਆ ਸ਼ਿਖਾ ਜੀ ਉਹਨਾਂ ਦੇ ਹੱਥ ਨੂੰ ਪਲੋਸਦਿਆਂ ਹੋਇਆਂ ਕਹਿ ਰਹੀ ਆ, ਸੁਣੋ ਤੁਸੀਂ ਸਾਰਿਆਂ ਦੇ ਕੋਲ ਹੀ ਰਹਿਣਾ, ਸੁਣ ਰਹੇ ਹੋ ਨਾ? ਸ਼ਰਦ ਜੀ ਪਤਨੀ ਨੂੰ ਕੁਝ ਕਹਿਣਾ ਚਾਹੁੰਦੇ ਸੀ ਪਰ ਆਵਾਜ਼ ਗਲ ਵਿੱਚ ਹੀ ਅਟਕ ਗਈ। ਉਹ ਕਹਿ ਰਹੇ ਸੀ ਪਰ ਸ਼ਬਦ ਮੂੰਹ ਵਿੱਚੋਂ ਨਹੀਂ ਨਿਕਲੇ। ਕੀ ਹੋਇਆ ਪਾਪਾ, ਕੋਈ ਬੁਰਾ ਸੁਪਨਾ ਦੇਖਿਆ ਸੀ ਤੁਸੀਂ? ਸ਼ੌਰਿਆ ਉਹਨਾਂ ਨੂੰ ਹਿਲਾਉਂਦੇ ਹੋਏ ਕਹਿ ਰਿਹਾ ਸੀ, ਜਲਦੀ ਤਿਆਰ ਹੋ ਜਾਓ, ਕਿਤੇ ਜਾਣਾ ਹੈ। ਕਿੱਥੇ? ਸ਼ਰਦ ਜੀ ਨੇ ਪੁੱਛਿਆ ਤਾਂ 1 ਮਿੰਟ ਚੁੱਪ ਰਹਿਣ ਤੋਂ ਬਾਅਦ ਸ਼ੌਰਿਆ ਕਹਿਣ ਲੱਗਾ, ਅੱਜ ਮਥੁਰਾ ਜਾ ਰਹੇ ਹਾਂ। ਕਿਉਂ ਅਚਾਨਕ? ਸ਼ਰਦ ਜੀ ਦੀ ਆਵਾਜ਼ ਕੁਝ ਸਖ਼ਤ ਜਿਹੀ ਸੀ ਤਾਂ ਸ਼ੌਰਿਆ ਨੇ ਸਾਫ਼ ਸ਼ਬਦਾਂ ਵਿੱਚ ਕਿਹਾ, ਤੁਹਾਡਾ ਮਨ ਇੱਥੇ ਨਹੀਂ ਲੱਗਦਾ। ਜਿਸ ਹਾਲਤ ਵਿੱਚ ਤੁਸੀਂ ਇੱਥੇ ਆਏ ਸੀ ਉਸ ਵਿੱਚ ਅਜਿਹਾ ਹੋਣਾ ਕੋਈ ਅਸਚਰਜ ਨਹੀਂ ਹੈ। ਮਥੁਰਾ ਵਿੱਚ ਤੁਹਾਨੂੰ ਸ਼ਾਂਤੀ ਮਿਲੇਗੀ। ਸ਼ੰਕਾ ਵਿੱਚ ਘਿਰੇ ਸ਼ਰਦ ਜੀ ਨੂੰਹ ਪੁੱਤ ਤੇ ਪੋਤੇ ਨਾਲ ਆਪਣੇ ਘਰ ਮਥੁਰਾ ਪਹੁੰਚੇ। ਜਿਸ ਵਿਰਾਮ ਘਰ ਨੂੰ ਉਹ ਰੋਂਦਾ ਛੱਡ ਕੇ ਆਏ ਸੀ ਉਸ ਵਿੱਚ ਫੁੱਲਾਂ ਤੇ ਫਲਾਂ ਦੇ ਦਰਖਤ ਤਰਤੀਬ ਵਾਰ ਲੱਗੇ ਹੋਏ ਸੀ। ਪੰਡਿਤ ਜੀ ਨੂੰ ਦੇਖ ਕੇ ਉਹ ਹੈਰਾਨ ਹੋ ਗਏ। ਸਵਾਗਤ ਕਰਨ ਲਈ ਆਏ ਉਤਸ਼ਾਹਿਤ ਨਾਰਾਇਣ ਤੋਂ ਪੁੱਛਿਆ, ਅੱਜ ਕੁਝ ਹੈ? ਤਾਂ ਸ਼ੌਰਿਆ ਨੇ ਝੱਟ ਉਹਨਾਂ ਦੇ ਪੈਰੀ ਹੱਥ ਲਾਉਂਦੇ ਹੋਏ ਕਿਹਾ, ਹਾਂ ਪਾਪਾ, ਅੱਜ ਤੁਹਾਡਾ ਜਨਮ ਦਿਨ ਹੈ ਤਾਂ ਇਹ ਸਾਡੇ ਵੱਲੋਂ ਤੁਹਾਨੂੰ ਦਿੱਤਾ ਗਿਆ ਤੋਹਫ਼ਾ ਹੈ। ਇਕੱਲੇਪਨ ਦਾ? ਫਿੱਕੀ ਜਿਹੀ ਮੁਸਕਰਾਹਟ ਦੇ ਨਾਲ ਸ਼ਰਦ ਜੀ ਦੇ ਮੂੰਹ ਚੋਂ ਇਹ ਸ਼ਬਦ ਨਿਕਲੇ। ਉਸ ਤੋਂ ਪਹਿਲਾਂ ਹੀ ਸ਼ਿਖਾ ਦੀ ਮੁਸਕਰਾਉਂਦੀ ਤਸਵੀਰ ਨੇ ਆਪਣੇ ਵੱਲ ਉਹਨਾਂ ਦਾ ਧਿਆਨ ਖਿੱਚ ਲਿਆ। ਨੈਣਾ ਉਤਸ਼ਾਹਪੂਰਵਕ ਕਹਿਣ ਲੱਗੀ, ਪਾਪਾ ਜੀ, ਮੰਮੀ ਜੀ ਤੁਹਾਡੇ ਜਨਮ ਦਿਨ 'ਤੇ ਪੂਜਾ ਰਖਵਾਉਂਦੇ ਸੀ। ਤੁਸੀਂ 1 ਦਿਨ ਦੱਸਿਆ ਸੀ ਕਿ ਉਹਨਾਂ ਦੀ ਇੱਛਾ ਪੂਜਾ ਕਰਵਾਉਣ ਦੀ ਸੀ ਪਰ ਬਿਮਾਰੀ ਦੇ ਕਰਕੇ ਨਹੀਂ ਕਰਵਾ ਸਕੇ। ਅੱਜ ਤੁਹਾਡੇ ਜਨਮ ਦਿਨ 'ਤੇ ਪੂਜਾ ਦਾ ਸ਼ੁਭ ਆਰੰਭ ਹੋਵੇਗਾ। ਹੁਣੇ ਆਪਾਂ ਮੰਦਰ ਵੱਲ ਚੱਲਦੇ ਹਾਂ। ਫਿੱਕੀ ਮੁਸਕਰਾਹਟ ਨਾਲ ਸ਼ਰਦ ਜੀ ਕਹਿਣ ਲੱਗੇ, 1 ਹਫ਼ਤਾ ਕੀ ਤੁਸੀਂ ਰੁਕੋਗੇ? ਹਾਂ ਪਾਪਾ, ਤੁਸੀਂ ਪੂਜਾ ਇਕੱਲੇ ਨਹੀਂ ਸੰਭਾਲ ਸਕਦੇ। ਮੰਦਰ ਵਿੱਚ ਪੂਜਾ ਵਿੱਚ ਰੋਜ਼ ਹੀ 3-4 ਘੰਟੇ ਲੱਗਣਗੇ, ਰਹਿਣਾ ਤਾਂ ਪਵੇਗਾ, ਫਿਰ ਸਾਡੇ ਰਹਿਣ ਨਾਲ ਤੁਹਾਡਾ ਮਨ ਵੀ ਲੱਗਾ ਰਹੇਗਾ। ਸ਼ੌਰਿਆ ਦੀ ਇਸ ਗੱਲ 'ਤੇ ਸ਼ਰਦ ਜੀ ਨੇ ਕੋਈ ਜਵਾਬ ਨਾ ਦਿੱਤਾ। ਪੂਜਾ ਵਿਧੀ ਵਿਧਾਨ ਨਾਲ ਸ਼ੁਰੂ ਹੋ ਗਈ। ਕਥਾ ਦੇ ਦੌਰਾਨ ਸ਼ਰਦ ਜੀ ਥੱਕ ਜਾਂਦੇ ਤਾਂ ਨੈਣਾ ਉਹਨਾਂ ਨੂੰ ਘਰ ਭੇਜ ਕੇ ਖੁਦ ਰੁਕ ਜਾਂਦੀ। ਵਾਪਸ ਆਉਂਦੀ ਤਾਂ ਹੈਰਾਨ ਹੁੰਦੀ। ਸ਼ਰਦ ਜੀ ਉਹਨਾਂ ਦੇ ਲਈ ਚਾਹ ਦਾ ਇੰਤਜ਼ਾਮ ਕਰਕੇ ਰੱਖਦੇ।
ਪਾਣੀ ਟਾਈਮ ਤੇ ਆਉਂਦਾ ਸੀ ਤਾਂ ਉਹ ਭਰ ਕੇ ਰੱਖ ਦਿੰਦੇ ਤੇ ਸਵੇਰੇ ਸ਼ਹਿਰ ਜਾਂਦੇ ਹੋਏ ਉਹ ਦੁੱਧ ਤੇ ਸਬਜ਼ੀਆਂ ਲਿਆਉਂਦੇ। ਆਖਰ ਇਹ ਸਭ ਬਾਅਦ ਵਿੱਚ ਵੀ ਤਾਂ ਵੇਖਣਾ ਹੀ ਸੀ। ਇਹ ਸੋਚ ਕੇ ਉਹ ਘਰ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗੇ। ਪੂਜਾ ਦੀ ਤਿਆਰੀ ਬੜੇ ਮਨ ਨਾਲ ਕਰਦੇ, ਪਰ ਜਦੋਂ ਪਾਠ ਸਮਾਪਤ ਹੋਇਆ ਤਾਂ ਸ਼ਰਦ ਜੀ ਭਾਵੁਕ ਹੋ ਗਏ, ਅੱਖਾਂ ਵਿੱਚ ਹੰਝੂ ਆਉਣ ਤੋਂ ਰੋਕ ਨਾ ਸਕੇ। ਤਾਂ ਸ਼ੌਰਿਆ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗਾ, ਪਾਪਾ ਤੁਹਾਡਾ ਇਕੱਲਾਪਨ ਸਾਡੇ ਤੋਂ ਲੁਕਿਆ ਨਹੀਂ ਆ, ਪਰ ਹੁਣ ਤੁਹਾਨੂੰ ਖੁਦ ਨੂੰ ਸੰਭਾਲਣਾ ਪਵੇਗਾ। ਵਾਪਸੀ ਦੀ ਤਿਆਰੀ ਹੋਣ ਲੱਗੀ ਸੀ। ਬੜਬੜਾਉਂਦੇ ਹੋਏ ਸ਼ਰਦ ਜੀ ਤੋਂ ਸ਼ੌਰਿਆ ਪੁੱਛ ਰਿਹਾ ਸੀ, ਪਾਪਾ ਜਾਣ ਦੀ ਤਿਆਰੀ ਕਰੀਏ? ਹਾਂ ਬੇਟਾ, ਹੁਣ ਕਦੋਂ ਤੱਕ ਰੁਕ ਸਕੋਗੇ ਤੁਸੀਂ? ਜਾਣਾ ਤਾਂ ਹੈ ਹੀ, ਸ਼ਰਦ ਜੀ ਨੇ ਕਿਹਾ। ਤਾਂ ਨੈਣਾ ਨੇ ਕਿਹਾ, ਪਾਪਾ ਆਪਾਂ ਕੋਸ਼ਿਸ਼ ਕਰਾਂਗੇ ਕਿ 2-3 ਮਹੀਨਿਆਂ ਬਾਅਦ ਕੁਝ ਦਿਨ ਆਗਰਾ ਤੋਂ ਮਥੁਰਾ ਆ ਜਾਈਏ, ਸਾਡੇ ਲਈ ਵੀ ਥੋੜ੍ਹਾ ਚੇਂਜ ਹੋ ਜਾਵੇਗਾ, ਠੀਕ ਹੈ ਨਾ ਪਾਪਾ? ਜਿਵੇਂ ਤੁਸੀਂ ਠੀਕ ਸਮਝੋ, ਆਪਣਾ ਖਿਆਲ ਰੱਖਿਓ। ਸ਼ਰਦ ਜੀ ਪਰੇ ਹੋਏ ਮਨ ਨਾਲ ਕਹਿਣ ਲੱਗੇ ਤਾਂ ਨੈਣਾ ਤੇ ਸ਼ੌਰਿਆ ਹੈਰਾਨ ਰਹਿ ਗਏ। ਸ਼ੌਰਿਆ ਨੇ ਹੈਰਾਨੀ ਨਾਲ ਪੁੱਛਿਆ, ਖਿਆਲ ਰੱਖਣਾ ਮਤਲਬ? ਕਿਤੇ ਤੁਸੀਂ ਇੱਥੇ ਰੁਕਣ ਦਾ ਮਨ ਤਾਂ ਨਹੀਂ ਬਣਾ ਰਹੇ? ਸ਼ੌਰਿਆ ਦੀ ਗੱਲ ਸੁਣ ਕੇ ਨੈਣਾ ਕਹਿਣ ਲੱਗੀ, ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਪਾਪਾ? ਇੱਥੇ ਕਿਉਂ ਰਹੋਗੇ? ਅਸੀਂ ਤਾਂ ਵਾਅਦਾ ਕੀਤਾ ਤੁਹਾਡੇ ਨਾਲ ਕਿ ਇੱਥੇ 1-2 ਮਹੀਨਿਆਂ ਬਾਅਦ ਆਉਂਦੇ ਰਹਾਂਗੇ। ਤਾਂ ਕੀ ਮੈਂ ਵੀ ਨਾਲ ਜਾਣਾ ਤੁਹਾਡੇ? ਸ਼ਰਦ ਜੀ ਦੀ ਆਵਾਜ਼ ਖੁਸ਼ੀ ਨਾਲ ਕੰਬੀ ਤੇ ਨੈਣਾ ਆਪਣੇ ਸਿਰ ਤੇ ਹੱਥ ਰੱਖਦੀ ਹੋਈ ਕਹਿਣ ਲੱਗੀ, ਪਾਪਾ ਤੁਹਾਨੂੰ ਕੋਈ ਸ਼ੱਕ ਹੈ ਇਸ ਵਿੱਚ? ਸਾਰੇ ਚੁੱਪ ਚਾਪ ਇੱਕ ਦੂਸਰੇ ਦੇ ਮਨ ਵਿੱਚ ਹੋਈਆਂ ਗਲਤ ਫਹਿਮੀਆਂ ਨੂੰ ਪੜ੍ਹ ਰਹੇ ਸੀ। ਉਦੋਂ ਹੀ ਨੈਣਾ ਨੇ ਗੰਭੀਰਤਾ ਨਾਲ ਕਿਹਾ, ਪਾਪਾ ਜਦੋਂ ਤੱਕ ਮੰਮੀ ਤੁਹਾਡੇ ਨਾਲ ਸੀ ਸਾਨੂੰ ਤਸੱਲੀ ਸੀ ਕਿ ਤੁਸੀਂ ਇੱਕ ਦੂਜੇ ਦਾ ਖਿਆਲ ਰੱਖਣ ਦੇ ਲਈ ਹੋ, ਪਰ ਹੁਣ ਤੁਹਾਡੇ ਇਕੱਲੇ ਰਹਿਣ ਦੀ ਗੱਲ ਤਾਂ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਮੰਮੀ ਦੇ ਜਾਣ ਦਾ ਦੁੱਖ ਸਿਰਫ ਤੁਹਾਨੂੰ ਨਹੀਂ ਸਾਨੂੰ ਵੀ ਹੈ, ਪਰ ਹੁਣ ਸਾਨੂੰ ਤੁਹਾਡੀ ਚਿੰਤਾ ਹੈ। ਇਸ ਤਰ੍ਹਾਂ ਦੁਖੀ ਰਹਿਣ ਕਾਰਨ ਤੁਸੀਂ ਡਿਪਰੈਸ਼ਨ ਵਿੱਚ ਚਲੇ ਜਾਓਗੇ। ਅਸੀਂ ਮੰਮੀ ਨੂੰ ਤਾਂ ਗਵਾ ਦਿੱਤਾ, ਪਰ ਤੁਹਾਨੂੰ ਗਵਾਉਣਾ ਨਹੀਂ ਚਾਹੁੰਦੇ। ਪਾਪਾ ਪਲੀਜ਼ ਮੰਮੀ ਦੀਆਂ ਖੁਸ਼ਨੁਮਾ ਯਾਦਾਂ ਦੇ ਸਹਾਰੇ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਖੁਸ਼ੀ ਖੁਸ਼ੀ ਯਾਦ ਕਰਕੇ ਸਾਡੇ ਵਿਚਕਾਰ ਉਹਨਾਂ ਨੂੰ ਜ਼ਿੰਦਾ ਰੱਖੋ। ਇੱਕ ਗੱਲ ਸਮਝ ਵਿੱਚ ਨਹੀਂ ਆ ਰਹੀ, ਇਹ ਗੱਲ ਤੁਹਾਡੇ ਦਿਮਾਗ ਵਿੱਚ ਕਿਵੇਂ ਆਈ ਕਿ ਅਸੀਂ ਤੁਹਾਨੂੰ ਇੱਥੇ ਛੱਡ ਜਾਵਾਂਗੇ? ਸ਼ੌਰਿਆ ਹਜੇ ਵੀ ਉਲਝਣ ਵਿੱਚ ਸੀ। ਉਸ ਦੇ ਪ੍ਰਸ਼ਨ 'ਤੇ ਸ਼ਰਦ ਜੀ ਨੇ ਝਿਜਕਦਿਆਂ ਕਿਹਾ, ਹੁਣ ਕੀ ਕਹਾਂ ਪੁੱਤਰ, ਸ਼ਾਇਦ ਮੈਂ ਖੁਦ ਨੂੰ ਤੁਹਾਡੇ ਨਾਲ ਜੋੜ ਹੀ ਨਹੀਂ ਸਕਿਆ, ਮੈਂ ਆਪਣੀ ਮੈਂ ਦੇ ਨਾਲ ਹੀ ਜਿਉਂਦਾ ਰਿਹਾ। ਚਲੋ ਛੱਡੋ ਇਹ ਸਭ, ਜੋ ਹੋਇਆ ਸੋ ਹੋਇਆ। ਅੱਜ ਤੁਹਾਡੇ ਜਨਮ ਦਿਨ ਨੂੰ ਖਾਸ ਤਰੀਕੇ ਨਾਲ ਮਨਾਉਣਾ ਚਾਹੁੰਦੇ ਸੀ, ਜਿਸ ਦੇ ਲਈ ਸ਼ਾਇਦ ਤੁਸੀਂ ਰਾਜ਼ੀ ਨਾ ਹੁੰਦੇ, ਇਸ ਲਈ ਤੁਹਾਡੇ ਨਾਲ ਸਾਫ ਸਾਫ ਗੱਲ ਨਹੀਂ ਕਰ ਸਕੇ। ਨੈਣਾ ਦੇ ਕਹਿੰਦਿਆਂ ਹੀ ਸ਼ਰਦ ਜੀ ਪੋਤੇ ਦੇ ਹੱਥਾਂ ਨੂੰ ਪਿਆਰ ਨਾਲ ਫੜਦਿਆਂ ਕਹਿਣ ਲੱਗੇ, ਚਲੋ ਚਲੋ ਹੁਣ ਜਾਣਾ ਵੀ ਆ, ਲੇਟ ਹੋਣਾ ਠੀਕ ਨਹੀਂ। ਤੇ ਨੈਣਾ ਬੇਟਾ ਖਾਣੇ ਦੇ ਚੱਕਰ ਵਿੱਚ ਨਾ ਪਵੀਂ, ਸਭ ਕੁਝ ਬਾਹਰ ਮਿਲਦਾ, ਬਾਹਰ ਹੀ ਖਾ ਲਵਾਂਗੇ। ਕਹਿੰਦੇ ਹੋਏ ਸ਼ਰਦ ਜੀ ਜਾਣ ਦੀ ਤਿਆਰੀ ਵਿੱਚ ਲੱਗ ਗਏ। ਘਰੋਂ ਬਾਹਰ ਜਾਂਦੇ ਸਮੇਂ ਬੈਠਕ ਵਿੱਚ ਲੱਗੀ ਪਤਨੀ ਦੀ ਤਸਵੀਰ ਨੂੰ ਸ਼ਰਦ ਜੀ ਨੇ ਦੇਖਿਆ ਤਾਂ ਨੈਣਾ ਨੇ ਝਟਪਟ ਤਸਵੀਰ ਚੱਕ ਲਈ ਤੇ ਫਿਰ ਆਪਣੇ ਸਹੁਰੇ ਨੂੰ ਦਿੰਦਿਆਂ ਹੋਇਆਂ ਕਹਿਣ ਲੱਗੀ, ਪਾਪਾ ਮੰਮੀ ਨੂੰ ਵੀ ਨਾਲ ਲੈ ਚੱਲੋ, ਜਦੋਂ ਅਸੀਂ ਮਤਲਬ ਆਪਾਂ ਸਾਰੇ ਇੱਥੇ ਆਵਾਂਗੇ ਤਾਂ ਮੰਮੀ ਨੂੰ ਵੀ ਨਾਲ ਲੈ ਆਵਾਂਗੇ। ਉਸ ਦੀ ਇਸ ਗੱਲ 'ਤੇ ਸ਼ਰਦ ਜੀ ਦੇ ਚਿਹਰੇ 'ਤੇ ਜਿਸ ਤਰ੍ਹਾਂ ਲਾਲੀ ਆਈ, ਉਸ ਨੂੰ ਦੇਖ ਨੈਣਾ ਅਤੇ ਸ਼ੌਰਿਆ ਦੋਨੋਂ ਹੱਸ ਪਏ। ਸ਼ਰਦ ਜੀ ਨੇ ਗੱਡੀ ਵਿੱਚ ਬੈਠ ਕੇ ਤਸਵੀਰ ਵੱਲ ਦੇਖਿਆ ਤਾਂ ਲੱਗਿਆ ਸ਼ਿਖਾ ਮੁਸਕਰਾਉਂਦੀ ਹੋਈ ਕਹਿ ਰਹੀ ਹੈ,
ਅੱਜ ਇੰਨੇ ਦਿਨਾਂ ਬਾਅਦ ਤੁਹਾਨੂੰ ਦੇਖ ਕੇ ਚੰਗਾ ਲੱਗ ਰਿਹਾ। ਮੇਰੇ ਬੱਚਿਆਂ ਦਾ ਧਿਆਨ ਰੱਖਣਾ, ਇਹ ਮੇਰੀਆਂ ਹੀ ਤਾਂ ਨਿਸ਼ਾਨੀਆਂ ਹਨ। ਪਤਨੀ ਦੀ ਗੱਲ ਸ਼ਰਦ ਜੀ ਦੇ ਦਿਲ ਵਿੱਚ ਉਤਰ ਗਈ। ਹੌਲੀ ਜਿਹੀ ਸਭ ਤੋਂ ਨਜ਼ਰ ਬਚਾ ਕੇ ਉਹਨਾਂ ਨੇ ਪਤਨੀ ਦੀ ਤਸਵੀਰ ਨੂੰ ਸੀਨੇ ਨਾਲ ਲਾ ਲਿਆ ਤੇ ਹੱਸ ਪਈ। ਮੈਂ ਦੇ ਇਸ ਦਾਇਰੇ ਵਿੱਚੋਂ ਬਾਹਰ ਦੀ ਵਿਸ਼ਾਲ ਦੁਨੀਆ ਵੇਖ ਅੱਜ ਉਹ ਖੁਦ ਨੂੰ ਹਲਕਾ ਤੇ ਖੁਸ਼ ਮਹਿਸੂਸ ਕਰ ਰਹੀ ਸੀ। ਸੋ ਸਾਰੇ ਨੂੰਹਾਂ ਪੁੱਤਰ ਮਾੜੇ ਨਹੀਂ ਹੁੰਦੇ ਤੇ ਬਜ਼ੁਰਗਾਂ ਨੂੰ ਇਕੱਲੇ ਛੱਡਣ ਵਾਲੇ ਨਹੀਂ, ਉਹਨਾਂ ਦਾ ਖਾਸ ਧਿਆਨ ਰੱਖਣ ਵਾਲੇ ਵੀ ਹੁੰਦੇ ਹਨ। ਤੁਹਾਨੂੰ ਕਿਵੇਂ ਦੇ ਲੱਗੇ ਇਹ ਨੂੰਹ ਪੁੱਤਰ, ਜ਼ਰੂਰ ਕਮੈਂਟ ਕਰਕੇ ਲਿਖਿਓ। ਕਿੱਥੋਂ ਸੁਣ ਰਹੇ ਹੋ ਇਹ ਵੀ ਲਿਖਿਓ ਤੇ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ, ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਕਿ ਪੜ੍ਹਨ ਵਾਲੇ ਦੀ ਰੂਹ ਨੂੰ ਖੁਸ਼ੀ ਮਿਲ ਸਕੇ। ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ। ਉਮੀਦ ਹੈ ਤੁਹਾਨੂੰ ਵੀ ਇਸੇ ਤਰ੍ਹਾਂ ਬਹੁਤ ਪਸੰਦ ਆਉਣਗੀਆਂ। ਇਹ ਕਹਾਣੀ ਸੁਣਨ ਲਈ ਆਪਣਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ, ਤਦ ਤੱਕ ਦੇ ਲਈ ਅਲਵਿਦਾ।